ਗੁਆਚਦਾ ਗਿਆ, ਕੋਈ ਹੜੱਪਾ ਖੁਰਦਾ ਭੁਗਦਾ ਗਿਆ ਔਰ ਲੋਕਾਂ ਨੇ ਇਹਨੂੰ ਵਿਸਾਰ ਦਿੱਤਾ। ਇੰਝ ਕਿਉਂ ਹੋਇਆ? ਅੱਜ ਵੀ ਕਿਧਰੇ ਕਿਧਰੇ ਕਦੀ ਹੜੱਪੇ ਦੀ ਗੱਲ ਹੁੰਦੀ ਹੈ, ਉਹ ਸਾਡੀ ਇਜ਼ਮਤ ਅਜ਼ਮਤ ਇੱਜ਼ਤ ਦਾ ਨਿਸ਼ਾਨ ਕਿਉਂ ਨਹੀਂ? ਅੱਜ ਵੀ ਉਹ ਸਾਡਾ ਮਾਣ ਤਰਾਣ ਅੱਜ ਵੀ ਕਿਉਂ ਨਹੀਂ? ਉਹਦੀ ਕੀ ਵਜ੍ਹਾ? ਕਿਉਂਕਿ ਸਾਨੂੰ ਝੂਠੀ ਤਾਰੀਖ ਪੜ੍ਹਾਈ ਗਈ, ਸਾਨੂੰ ਗਲਤ ਕਿਸਮ ਦੇ ਸ਼ਜਰੇ ਘੜੇ ਗਏ ਸਾਡੇ। ਹਰ ਕੋਈ ਆਪਣੇ ਆਪ ਨੂੰ ਕੋਈ ਅਰਬ ਕਹਿ ਰਿਹਾ, ਕੋਈ ਤੁਰਕ ਕਹਿ ਰਿਹਾ, ਕੋਈ ਯੂਨਾਨੀ ਕਹਿ ਰਿਹਾ, ਕੋਈ ਈਰਾਨੀ ਕਹਿ ਰਿਹਾ। ਕਿਉਂ? ਅਸੀਂ ਆਪਣੀ ਧਰਤੀ ਦੇ ਨਾਲ ਨਹੀਂ ਜੁੜੇ, ਔਰ ਜਿਹੜੇ ਆਪਣੀ ਧਰਤੀ ਦੇ ਨਾਲ ਜਿਹਨਾਂ ਦੀਆਂ ਜੜ੍ਹਾਂ ਨਹੀਂ ਹੁੰਦੀਆਂ ਉਹ ਸਿਰ ਚੁੱਕ ਕੇ ਜੀ ਨਹੀਂ ਸਕਦੇ, ਉਹ ਹਿੱਕ ਕੱਢ ਕੇ ਅੱਗੇ ਵੱਧ ਨਹੀਂ ਸਕਦੇ। ਵੇਖੋ ਅਸਾਡੀ ਸਾਰੀ ਸਾਡੀ ਅੱਜ ਦੀ ਜਿਹੜੀ ਸਾਡੀ ਜਨਰੇਸ਼ਨ ਨੇ ਜਾਂ ਸਾਡੇ ਤੋਂ ਕੁਝ ਜਿਹੜੇ ਸੀਨੀਅਰ ਜਨਰੇਸ਼ਨ ਸੀ, ਉਹ ਸਾਰੇ ਦਾ ਸਾਰਾ ਪੈਸਾ ਕਿਹਦੇ 'ਤੇ ਲਾ ਰਹੇ ਨੇ? ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਵਾਸਤੇ ਕਿ ਕਿਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਆ ਜਾਏ। ਅੱਜ ਤਰੱਕੀ ਕਰਨ ਵਾਲੀਆਂ ਕੌਮਾਂ ਕਿਹੜੀਆਂ ਨੇ? ਚੀਨੀ ਚੀਨੀਆਂ ਨੂੰ ਤਾਂ ਨਹੀਂ ਆਉਂਦੀ ਅੰਗਰੇਜ਼ੀ, ਕੋਰੀਆ ਨੂੰ ਤਾਂ ਨਹੀਂ ਆਉਂਦੀ, ਤੁਰਕ ਜਿਹੜੇ ਉਹ ਤਾਂ ਅੰਗਰੇਜ਼ੀ ਨਹੀਂ ਬੋਲਦੇ, ਈਰਾਨੀ ਤਾਂ ਨਹੀਂ ਬੋਲਦੇ। ਤੁਹਾਡੇ ਕੋਲ ਵੱਖਰੇ ਹੋ ਕੇ ਬੰਗਾਲੀ ਜਿਨ੍ਹਾਂ ਨੇ ਆਪਣੀ ਜ਼ਬਾਨ ਬਚਾ ਲਈ, ਉਹ ਕਿਉਂ ਐਡੀ ਤੇਜ਼ ਤਰੱਕੀ ਕਰ ਰਹੇ? ਅਸੀਂ ਸਾਰਾ ਜ਼ੋਰ ਇਸ 'ਤੇ ਲਾਇਆ ਕਿ ਸਾਨੂੰ ਉਰਦੂ ਆ ਜਾਏ, ਸਾਨੂੰ ਅੰਗਰੇਜ਼ੀ ਆ ਜਾਏ। ਅਸੀਂ ਭੁੱਲੇ ਹੋਏ ਹਾਂ ਆਪਣੇ ਆਪ ਨੂੰ। ਔਰ ਦੇਖੋ ਇਹ ਜਿਹੜਾ ਮੇਲਾ ਇੱਕ ਆ ਰਿਹਾ ਕਿ ਪੰਜਾਬੀਆਂ ਨੂੰ ਜਗਾਇਆ ਜਾਏ, ਔਰ ਵੇਖੋ ਕੋਈ ਵੀ ਜਿਹੜਾ ਹੱਕ ਹੈ ਉਹ ਸੁੱਤੇ ਪਿਆ ਨਹੀਂ ਕਰਦਾ, ਉਹਦੇ ਵਾਸਤੇ ਕੁਝ ਕਰਨਾ ਪੈਂਦਾ। ਅਤੇ ਸ਼ਾਹ ਹੁਸੈਨ ਨੇ ਆਖਿਆ ਸੀ ਕਿ ਕਹੇ ਹੁਸੈਨ ਫਕੀਰ ਨਵਾਣਾ, ਤਖ਼ਤ ਨਾ ਮਿਲਦੇ ਮੰਗੇ। ਮੈਂ ਸੁੱਚੀ ਹੋਰੀ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ ਪੰਜਾਬੀ ਬੋਲੀ ਔਰ ਰਤਨ ਬਾਰੇ ਔਰ ਹੜੱਪਾ ਬਾਰੇ। ਅਤੇ ਮੈਂ ਅੱਜ ਅਸੀਂ ਜਿਹੜੇ ਵਿਹੜੇ ਨੂੰ ਸਜਾਇਆ ਹੋਇਆ ਉਹਨਾਂ ਦੇ ਜਿਹੜੇ ਡਾਇਰੈਕਟਰ ਆਰਟਸ ਕੌਂਸਲ ਨੇ ਫੈਸਲਾਬਾਦ, ਬਹੁਤ ਮੋਹਤੀ ਜੀ ਨੇ ਕਿ ਜਿਹੜੇ ਪੰਜਾਬੀ ਦੀਆਂ ਤਕਰੀਬਾਤ ਨੂੰ ਇੱਥੇ ਮਨਾਉਣ ਵਿੱਚ ਬਹੁਤ ਪੇਸ਼ਪੇਸ਼ ਨੇ, ਉਹਨਾਂ ਨੂੰ ਮੈਂ ਸੱਦਾ ਦਿਆਂਗਾ ਕਿਉਂਕਿ ਆਣ ਕੇ ਆਪਣੇ ਵਿਚਾਰ ਸਾਂਝੇ ਕਰਨੇ ਇਸ ਮੇਲੇ ਦੇ ਬਾਰੇ। ਮੁਹੰਮਦ ਇਬਰਾਰ ਆਲਮ, ਡਾਇਰੈਕਟਰ ਆਰਟਸ ਕੌਂਸਲ ਫੈਸਲਾਬਾਦ। ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ, ਜਿਹੜੀ ਸਾਡੀ ਨੌਜਵਾਨ ਨਸਲ ਹੈ, ਉਹਨੂੰ ਸਾਡੀ ਆਪਣੇ ਰਵਾਇਤ ਦਾ ਉਹ ਮੈਂ ਸਕਾਫਤ ਦੇ ਬਾਰੇ ਗੱਲ ਕਰਾਂ ਤਾਂ ਮੈਨੂੰ ਆਪਣਾ ਯਾਦ ਮੇਰੀ ਮਾਤਾ ਜਿਸਨੇ ਮਧਾਣੀ 'ਚ ਰੰਗੀਨ ਮਧਾਣੀ ਸੀ, ਉਹ ਜਿਸ ਉੱਤੇ ਉਹ ਚਾਟੀ ਰੱਖੀ ਹੁੰਦੀ ਸੀ, ਉਹ ਚੀਜ਼ਾਂ ਸਾਨੂੰ ਨਹੀਂ ਨਜ਼ਰ ਆਉਂਦੀਆਂ। ਸਾਡੇ ਉਹਨਾਂ ਦੀ ਛਾਤੀ ਦਾ ਜਿਹੜਾ ਪਲੰਗ ਸਨ, ਉਹ ਵੱਡੇ ਪਾਵੇ ਵਾਲੇ ਜਿਹੜੇ ਰੰਗੀਨ ਮੰਜੀਆਂ, ਉਹ ਮੈਨੂੰ ਨਜ਼ਰ ਨਹੀਂ ਆਉਂਦੀਆਂ। ਮੂਹਰੇ ਪੀੜ੍ਹੀਆਂ ਜਿਹੜੀਆਂ ਰੰਗੀਨ ਬਣਦੀਆਂ, ਸਾਡੇ ਗਰੀਬ ਤੋਂ ਗਰੀਬ ਵੀ ਉਸ ਜ਼ਮਾਨੇ ਜਿਹੜਾ ਸੀ ਨਾ, ਜਿਹੜੇ ਸਾਡੇ ਦੋ ਜਨਰੇਸ਼ਨ ਇੱਕ ਜਨਰੇਸ਼ਨ ਪਹਿਲੇ ਸੀ, ਉਹਨਾਂ ਦੇ ਸ਼ਾਦੀ ਤੋਂ ਦਿੱਤੀ ਜਾਂਦੀ ਸੀ, ਹੁਣ ਸਾਡੇ ਉਹ ਖਾਬ ਬਣ ਗਏ ਨੇ। ਸਾਡਾ ਪੰਜਾਬੀ ਮਹਿਮਾਨ ਨਵਾਜ਼ ਇੱਕ ਮਹਿਮਾਨ ਵਾਲਾ, ਤੁਸੀਂ ਤਿੰਨ ਪਾਵੇ ਗਿਲਾਸ ਪੰਜਾਬ 'ਚ ਤੁਹਾਨੂੰ ਮਿਲਦੇ ਨੇ, ਲੱਸੀ ਯਕੀਨ ਤੁਹਾਨੂੰ ਨਹੀਂ, ਜੇ ਲਾਹੌਰ ਜਾਓ ਤਾਂ ਤਿੰਨ ਪਾਵੇ ਗਿਲਾਸ ਨਾਲ ਅਸੀਂ ਕਹਿੰਦੇ ਹਾਂ ਦੋ ਬੰਦੇ ਤੋਂ ਘੱਟ ਨਹੀਂ ਪੀਤਾ ਜਾਂਦਾ।
ਲੇਕਿਨ ਉਹ ਪੀਂਦੇ ਸਨ। ਮਹਿਮਾਨਾਂ ਵਾਸਤੇ ਉਹਨਾਂ ਦੇ ਖੂਬਸੂਰਤ ਬਰਤਨ ਰੱਖੇ ਜਾਂਦੇ ਸਨ, ਜਿਹੜੇ ਸਾਡਾ ਮਹਿਮਾਨ ਦੱਸ ਕਹਿੰਦੇ ਸੀ ਆਏ ਗਏ ਵਾਸਤੇ ਰੱਖੋ, ਜਿਹੜੀ ਸਭ ਤੋਂ ਸੋਹਣੀ ਚੀਜ਼ ਭਾਂਡੇ ਜਿਹੜੇ ਸਾਡੇ ਸਨ। ਇਹ ਜਿਹੜੀਆਂ ਰਵਾਇਤਾਂ ਨੇ ਇਸ ਲੇਖ ਮੇਲਾ ਕਰਕੇ ਤੁਸੀਂ ਇਹ ਸਾਨੂੰ ਜਗਾਉਂਦੇ ਪਏ, ਇੱਕ ਟੱਲੀ ਵਜਾਉਂਦੇ ਪਏ ਕਿ ਯਾਰ ਅਸੀਂ ਇਸ ਧਰਤੀ 'ਤੇ ਰਹਿਣ ਵਾਲੇ ਹਾਂ ਔਰ ਇਸ ਧਰਤੀ ਦੇ ਉੱਤੇ ਜਿਹੜੀ ਜ਼ਿੰਦਗੀ ਦਾ ਸਾਰ ਵੀ ਹਜ਼ਾਰਾਂ ਸਾਲ ਪਹਿਲੇ ਸੀ। ਹੜੱਪਾ ਦਾ ਜਿਹੜੇ ਸੌ ਸਾਲ ਦੇ ਤੁਹਾਨੂੰ ਟੋਪਿਕ ਵੀ ਹੈ, ਉਸ ਸਮਾਜੀ ਦੇ ਉੱਤੇ ਵਿਜ਼ਿਟ ਕੀਤਾ ਜੋ ਕਹਿੰਦੇ ਨੇ ਯੂਨਾਨ ਅਤੇ ਸਾਡੀ ਤਾਰੀਖ ਸੇਮ ਸੀ। ਜਦੋਂ ਉਹ ਸਿਵਿਲਾਈਜ਼ ਤਰੀਕੇ ਨਾਲ ਰਹਿ ਰਹੇ ਸਨ, ਹੜੱਪਾ 'ਚ ਵੀ ਉਹੀ ਤਾਰੀਖ ਹੈ, ਉਹਨਾਂ ਦੀ ਤਜਾਰਤ ਇਸ ਆਪਸ ਵਿੱਚ ਕਰਦੇ ਸਨ। ਹੁਣ ਚਾਰੋ ਇਸ ਤੋਂ ਬਾਅਦ ਹੈ, ਯਾਨੀ ਇਸ ਖਿੱਤੇ ਦੀ ਜ਼ਿੰਦਗੀ ਬਹੁਤ ਪਹਿਲੇ ਆ ਗਈ ਸੀ ਔਰ ਸਿਵਿਲਾਈਜ਼ ਤਰੀਕੇ ਨਾਲ ਉਹ ਰਹਿੰਦੇ ਪਏ ਸਨ। ਅਤੇ ਮੈਂ ਕਹਿਣਾ ਜਿਹੜੀ ਗੁਜ਼ਾਰਿਸ਼ ਹੈ ਜਿਸ ਤਰ੍ਹਾਂ ਕੀਤਾ ਹੈ, ਇਹ ਜਿਹੜੇ ਸਾਡੇ ਇਸਦੇ ਸਪੋਂਸਰ ਨੇ, ਇਹਨਾਂ ਦਾ ਪੂਰੇ ਆਡੀਅੰਸ ਦੀ ਤਰਫੋਂ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਸਾਨੂੰ ਮਾਣ ਬਖਸ਼ਿਆ ਔਰ ਇਹ ਸਾਡੀ ਆਉਣ ਵਾਲੀ ਨਸਲ ਵਾਸਤੇ ਮੁਸਲਿਮ ਤੁਸੀਂ ਕਿ ਤੁਸੀਂ ਆਪਣੀ ਮਾਂ ਬੋਲੀ ਧਰਤੀ ਦੇ ਨਾਲ ਜੋੜ ਕੇ ਨੂੰ ਇਸ ਇਜ਼ਾਜ਼ ਬਖਸ਼ਦੇ ਪਾਓ ਕਿ ਅਸੀਂ ਇਸ ਨੂੰ ਇਹਦੀ ਤਰਵੀਜ਼ ਕਰ ਸਕੀਏ। ਇਹ ਨਵਾਂ ਹੈ ਕਿਉਂਕਿ 109 ਆਉਣਾ ਚਾਹੀਦਾ ਸੀ ਪੰਜਾਬ ਦੇ, ਨਵਾਂ ਹੈ ਅਤੇ ਤੁਸੀਂ ਇਹ ਸਾਡੀ ਇਸ ਮਾਣ ਵਧਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਚੰਗਾ ਸੀ ਤੈਨੂੰ ਦਿਲ ਨਾ ਦਿੰਦੇ, ਚੰਗਾ ਸੀ ਤੈਨੂੰ ਦਿਲ ਨਾ ਦਿੰਦੇ, ਦਿਲ ਦਿੱਤਾ ਸੀ ਤੇ ਫਿਰ ਢਿੱਲ ਨਾ ਦਿੰਦੇ, ਤੇਰੀ ਥਾਂ ਜੇ ਹੋਰ ਕੋਈ ਹੁੰਦਾ ਰੱਬ ਦੀ ਕਿਸਮ ਛੇੜ ਨਾ ਦਿੰਦੇ। ਇੱਕ ਵਾਰੀ ਆਪਣੇ ਵਾਸਤੇ ਵੀ ਤਾਲੀਆਂ ਮਾਰਨਾ ਗੱਲਾਂ ਜਿਹੜੀਆਂ ਨੇ ਤੁਸੀਂ ਸੁਣ ਰਹੇ ਹੋ। ਅਤੇ ਇੱਕ ਸ਼ੇਰ ਤੋਂ ਬਾਅਦ ਮੈਂ ਆਪਣੇ ਅਗਲੇ ਮਹਿਮਾਨ ਨੂੰ ਬੁਲਾਵਾਂਗਾ ਕਿ ਜਿੱਥੇ ਪਿਆਰ ਕਹਾਣੀ ਪੈ ਜਾਏ ਉੱਥੇ ਕਸਰ ਵੀ ਖਾਣੀ ਪੈ ਜਾਏ, ਜਿੱਥੇ ਪਿਆਰ ਕਹਾਣੀ ਪੈ ਜਾਏ ਉੱਥੇ ਕਸਰ ਵੀ ਖਾਣੀ ਪੈ ਜਾਏ, ਉਹ ਮਿਸਕਾਲਾਂ ਮਾਰਨ ਵਾਲਿਆ ਤੇਰੇ ਸੈੱਟ 'ਚ ਪਾਣੀ ਪੈ ਜਾਏ। ਅਤੇ ਸਾਡੀ ਪ੍ਰਧਾਨੀ ਗੱਲਬਾਤ ਵਾਸਤੇ ਸਦਰ ਨੇ ਲੈਲਪੁਰ ਲਿਟਰੇਰੀ ਕੌਂਸਲ ਦੇ ਜਰੂਰ ਦੱਸੀ, ਉਹਨੇ ਪਿਛਲੇ 10 ਸਾਲਾਂ ਤੋਂ ਫੈਸਲਾਬਾਦ ਵਿੱਚ ਅਦਬ ਦੀ ਤਰਵੀਜ਼ ਲਈ ਕੰਮ ਕਰ ਰਹੇ ਨੇ ਔਰ ਲਿਟਰੇਰੀ ਫੈਸਟੀਵਲ ਕਰਵਾ ਰਹੇ ਨੇ ਔਰ ਪਿਛਲੇ 3 ਵਰ੍ਹਿਆਂ ਤੋਂ ਲੈਲਪੁਰ ਪੰਜਾਬੀ ਸੁਲੇਖ ਮੇਲੇ ਵਿੱਚ ਵੀ ਭਾਗ ਲੈ ਰਹੇ ਨੇ। ਉਹਨਾਂ ਦੀਆਂ ਐਜੂਕੇਸ਼ਨ ਦੇ ਹਵਾਲੇ ਨਾਲ ਖਿਦਮਾਤ ਕਿਸੇ ਤੋਂ ਲੁਕੀਆਂ ਚੁੱਕੀਆਂ ਨਹੀਂ। ਮੇਰੀ ਮੁਰਾਦ ਮੁਸੱਦਕ ਜ਼ੁਲਕਰ ਮੈਨ ਜੀ, ਅਸੀਂ ਉਹਨਾਂ ਨੂੰ ਸੱਦਾ ਦਿਆਂਗੇ ਕਿ ਉਹ ਆਉਣ ਅਤੇ ਇਸ ਮੇਲੇ ਬਾਰੇ ਆਪਣੇ ਵਿਚਾਰ ਸਾਂਝੇ ਕਰਨ। ਮੁਸੱਦਕ ਜ਼ੁਲਕਰ ਮੈਨ ਜੀ ਆਇਆਂ ਨੂੰ ਸਰ 9ਵੇਂ ਪੰਜਾਬੀ ਸੁਲੇਖ ਮੇਲੇ ਵਿੱਚ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਭਾਂਵੇਂ ਨਹੀਂ ਬਣੇ।